18-19 ਸਾਲ ਦੇ ਮੁੰਡੇ ਦੀ ਡੈਡ ਬੋਡੀ ਮਿਲੀ ਹੈ, ਜਿਹਦੇ ਉਹਦੀ ਪਛਾਣ ਹੋ ਗਈ, ਮਸੂਮ ਉਹਦਾ ਨਾਂ ਆ। ਇਹਦੀ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਨਵੈਸਟੀਗੇਸ਼ਨ ਜਿਹੋ ਜਿਹੀ ਕਾਰਵਾਈ ਕੀਤੀ ਜਾ। ਕਿਹੜੀ ਜਗ੍ਹਾ ਤੋਂ ਮਿਲੀ ਸਰ? ਇਹ ਆਪਣਾ ਹੈਗਾ ਰਾਜਸਵਾਮੀ ਬੇਰੀ ਦੀ ਬੈਕ ਸਾਈਡ ਤੋਂ। ਅੱਛਾ, ਦੇਖ ਆ ਰਹੇ ਫੋਰੈਂਸਿਕ ਟੀਮ, ਦੂਜੀ ਟੀਮਾਂ ਬੁਲਾਈਆਂ ਨੇ, ਉਹ ਚੈੱਕ ਕਰਕੇ ਫਿਰ ਦੱਸ ਦਿੰਦੇ ਕੀ ਹੈਗਾ। ਜਦੋਂ ਸਰ ਮੈਂ ਉਧਰੋਂ ਆਇਆ ਲੱਭਦਾ ਉਹਨੂੰ, ਪੈਰ ਲਾਉਂਦਾ ਇੱਥੇ ਆਇਆ, ਉੱਥੇ ਉਹਦੇ ਕੰਬਲ ਪਏ ਸੀ ਤੇ ਨਾਲੇ ਚੱਪਲ, ਫਿਰ ਮੈਨੂੰ ਡੌਟ ਜਿਹਾ ਪੈ ਗਿਆ। ਮੈਂ ਜਦੋਂ ਇੱਥੋਂ ਦੇਖਿਆ ਤਾਂ ਇੱਥੋਂ ਨਾ ਖਿੱਚ ਪਈ ਹੋਈ ਹੈ ਅੰਦਰ ਨੂੰ, ਖਿੱਚ ਕੇ ਹੀ ਲੈ ਕੇ ਗਏ ਉਹਨੂੰ ਥੱਲੇ ਤੱਕ। ਫਿਰ ਉਹ ਮੈਡਾਂ ਦੀ ਨਿਸ਼ਾਨ ਲਾਉਣਾ ਉਹਨਾਂ ਦਾ, ਮੈਂ ਵਿੱਚ ਚੱਲ ਗਿਆ। ਮੈਨੂੰ ਉੱਥੇ ਜਲਤਾ ਸੀ, ਹਾਂਜੀ ਪੂਰਾ ਦਬਾ ਦਿੱਤਾ ਜੀ, ਮਿੱਟੀ ਦੇ ਵਿੱਚ ਦਬਾ ਦਿੱਤਾ। ਹਾਂਜੀ ਹਾਂਜੀ। ਤੇ ਤੁਹਾਨੂੰ ਹੋਰ ਕਿਸੇ ਪਰਿਵਾਰ ਨੂੰ ਪਤਾ ਨਹੀਂ ਲੱਗਾ ਕਿ ਹਾਦਸਾ? ਨਹੀਂ, ਕੋਈ ਪਤਾ ਨਹੀਂ, ਇੱਥੇ ਸੁੱਤੇ ਪਏ ਸੀ ਉਹ, ਅੱਗੇ ਠਾਲ ਦਾ ਉਹੀ ਹੁੰਦਾ ਸੀ। ਕਿੰਨੇ ਕੁ ਵਜੇ ਉੱਠੇ ਸੀ ਸਵੇਰੇ? ਉਹ 4 ਕੁ ਵਜੇ ਹੋਏ। ਅੱਛਾ। ਮੈਂ ਕਿਹਾ ਵੀ ਚੱਲ ਦੇਖਾਂ, ਮੈਂ ਫਟਾਫਟ ਪੱਟਿਆ, ਭਤੀਜਾ ਬੁਲਾਇਆ ਆਪਣਾ, ਉਹ ਆਇਆ ਮੇਰੇ ਨਾਲ, ਅਸੀਂ ਦੋਹਾਂ ਨੇ ਕੱਢ ਕੇ ਬਾਹਰ। ਜਦੋਂ ਮੈਂ ਦੱਬਿਆ ਤਾਂ ਉਦੋਂ ਸਰੀਰ ਉਹਦਾ ਬਿਲਕੁਲ ਗਰਮ ਸੀ, ਠੰਡਾ ਨਹੀਂ ਸੀ ਹੋਇਆ। ਅੱਛਾ। ਫਿਰ ਉਹ ਤੋਂ ਬਾਅਦ ਅੱਗੇ ਮੁੜ ਕੇ ਬੋਲਿਆ ਵਾਲਿਆ ਹੈ ਨਹੀਂ, ਤਾਂ ਦੇਖਿਆ ਅਸੀਂ ਮਾੜਾ ਮੋਟਾ ਹਿਲਾ ਕੇ ਹਿੱਲਿਆ, ਬਸ ਇਹੀ। ਇਵਨ ਮੈਂ 8 ਵਜੇ ਪਹੁੰਚਿਆ ਇੱਥੇ, 8 ਵਜੇ। ਹਾਂ, ਤੇ ਬਾਹਰ ਦਾ ਤੇ ਮਤਲਬ ਜਦੋਂ ਨਿਕਲਿਆ ਘਰੋਂ, ਉਦੋਂ ਜਦੋਂ ਗੁਰਦੁਆਰਾ ਬੋਲਦਾ ਸਵੇਰੇ, ਉਸ ਟਾਈਮ ਬਾਹਰ ਨੂੰ ਦੂਜਾ ਭਤੀਜਾ ਮੇਰਾ ਛੋਟਾ ਜਿਹਾ, ਉਹ ਨਾ ਇਹੀ ਮਰਦੇ ਸੂਰ ਸਾਹ ਰੋਡ ਤੇ, ਕੋਈ ਇੱਦਾਂ ਦਾ ਤਗੜਾ ਬੜਾ ਕੋਈ ਉਹ ਨਹੀਂ।